ਫਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਸੰਜੀਵ ਸਿਨੇਮਾ ਚੌਂਕ ਦੇ ਵਿੱਚ ਲਗਾਇਆ ਗਿਆ ਸਪੈਸ਼ਲ ਨਾਕਾ। ਬਿਨਾਂ ਨੰਬਰੀ ਵਹੀਕਲਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਕਾਰਵਾਈ। ਫਾਜ਼ਿਲਕਾ ਦੇ ਵਿੱਚ ਅੱਜ ਥਾਣਾ ਸਿਟੀ ਪੁਲਿਸ ਵੱਲੋਂ ਸੰਜੀਵ ਸਿਨੇਮਾ ਚੌਂਕ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ SHO ਚੰਦਰ ਸ਼ੇਖਰ ਨੇ ਦੱਸਿਆ ਕਿ ਬਿਨਾਂ ਨੰਬਰੀ ਵਹੀਕਲਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਨਾਕਾਬੰਦੀ ਕੀਤੀ ਗਈ ਹੈ ਅਤੇ ਇੱਥੋਂ ਲੰਘਣ ਵਾਲੇ ਅਸਮਾਜਿਕ ਤੱਤਵਾਂ ਅਤੇ ਵਹੀਕਲਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਅਭਿਆਨ ਵੀ ਉਹਨਾਂ ਵੱਲੋਂ ਚਲਾਇਆ ਗਿਆ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੀ SSP ਮੈਡਮ ਅਵਨੀਤ ਕੌਰ ਸਿੱਧੂ ਦੇ ਦਿਸ਼ਾ ਨਿਰਦੇਸ਼ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਜੀ ਅੱਜ ਅਸੀਂ ਸ਼ਹਿਰ ਸਿਟੀ ਫਾਜ਼ਿਲਕਾ ਦੇ ਵਿੱਚ ਜਿਹੜਾ ਸੰਜੀਵ ਚੌਂਕ ਹੈ ਉੱਥੇ ਨਾਕਾਬੰਦੀ ਕੀਤੀ ਹੋਈ ਹੈ ਅਤੇ ਸਾਡੇ ਜਿਹੜੇ ਸੀਨੀਅਰ ਅਫਸਰਾਨ ਵਾਲਾ ਵੱਲੋਂ ਲਗਾਤਾਰ ਜੋ ਹਦਾਇਤਾਂ ਮਿਲ ਰਹੀਆਂ ਨੇ ਉਹਨਾਂ ਹਦਾਇਤਾਂ ਦੇ ਮੁਤਾਬਕ ਹੀ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਪ੍ਰੋਪਰਲੀ ਅਸੀਂ ਜਿਹੜਾ ਨਾਕਾਬੰਦੀ ਕੀਤੀ ਹੋਈ ਔਰ ਚੈਕਿੰਗ ਚੱਲ ਰਹੀ ਹੈ। ਜੀ ਸਰ, ਅਕਸਰ ਦੇਖਣ ਨੂੰ ਮਿਲਦਾ ਜਦੋਂ ਵਹੀਕਲ ਨੂੰ ਰੋਕਿਆ ਜਾਂਦਾ ਹੈ, ਚਾਹੇ ਮੋਟਰਸਾਈਕਲ ਹੈ ਚਾਹੇ ਕਾਰ ਹੈ, ਤਾਂ ਮੋਬਾਈਲ ਲੋਕ ਕੱਢਦੇ ਨੇ। ਬਿਲਕੁਲ, ਇਹ ਕਾਫੀ ਪਰੇਸ਼ਾਨੀ ਆਉਂਦੀ ਹੈ ਸਾਨੂੰ ਜਦੋਂ ਅਸੀਂ ਚੈਕਿੰਗ ਕਰ ਰਹੇ ਹੁੰਦੇ ਹਾਂ, ਤਾਂ ਇੱਕ ਆਮ ਪਬਲਿਕ ਦੀ ਜਿਹੜੀ ਬੜੀ ਗਲਤ ਮੈਂਟੈਲਿਟੀ ਬਣੀ ਹੋਈ ਹੈ ਵੀ ਅਸੀਂ ਫੋਨ ਕਰਵਾ ਕੇ ਜਿਹੜਾ ਛੁੱਟ ਜਾਣਾ, ਕਿਸੇ ਤੋਂ ਫੋਨ ਕਰਵਾਉਣਾ, ਕਿਸੇ ਤੋਂ ਕਰਵਾਉਣਾ, ਅਤੇ ਬਰਾਏ ਮਿਹਰਬਾਨੀ ਤੁਸੀਂ ਆਪਣੇ ਡਾਕੂਮੈਂਟਸ ਹੀ ਚੈੱਕ ਕਰਵਾਓ। ਡਾਕੂਮੈਂਟਸ ਚੈੱਕ ਹੋਣਗੇ ਤੁਸੀਂ ਤਾਂ ਹੀ ਜਾ ਸਕਦੇ ਹੋ, ਤਾਂ ਤੁਸੀਂ ਸਾਨੂੰ ਸਹਿਯੋਗ ਦਿਓ, ਅਸੀਂ ਤੁਹਾਨੂੰ ਡਬਲ ਸਹਿਯੋਗ ਦਿਆਂਗੇ। ਜੀ, ਇੱਕ ਨਾਕੇ ਦੇ ਦੌਰਾਨ ਦੇਖਣ ਨੂੰ ਮਿਲਿਆ ਕਿ ਮੂੰਹ ਬੰਨੇ ਹੋਏ ਸੀ, ਹੁਣ ਦੇ ਮੌਸਮ ਦੀ ਆਪਾਂ ਗੱਲ ਕਰੀਏ ਨਾ ਤਾਂ ਗਰਮੀ ਹੈ ਨਾ ਸਰਦੀ ਹੈ। ਤਰ੍ਹਾਂ ਤਰ੍ਹਾਂ ਦੇ ਜਿਹੜੇ ਆਮ ਪਬਲਿਕ ਬਹਾਨੇ ਲਗਾਉਂਦੀ ਹੈ, ਕੋਈ ਮਛਰੀ ਦਾ ਬਹਾਨਾ ਲਾ ਦਿੰਦਾ, ਕੋਈ ਠੰਡ ਦਾ, ਕੋਈ ਕਿਸੇ ਤਰ੍ਹਾਂ, ਪਰ ਇੱਦਾਂ ਦਾ ਕੋਈ ਵੀ ਜਿਹੜਾ ਨਹੀਂ ਮੌਸਮ ਹੈ ਕਿ ਸਾਨੂੰ ਜਿਹੜਾ ਸ਼ਹਿਰ ਦੇ ਵਿੱਚ ਮੂੰਹ ਬੰਨ ਕੇ ਚੱਲਣਾ ਪਏਗਾ। ਤਾਂ ਬਰਾਏ ਮਿਹਰਬਾਨੀ ਪਬਲਿਕ ਨੂੰ ਜਿਹੜੀ ਅਪੀਲ ਹੈ ਕਿ ਆਪਣੇ ਉਹ ਮੂੰਹ ਖੋਲ੍ਹ ਕੇ ਚੱਲਣ, ਕਿਸੇ ਤਰ੍ਹਾਂ ਦੀ ਜਿਹੜੀ ਚੈਕਿੰਗ ਦਾ ਸੰਯੋਗ ਦੇਣ, ਅਸੀਂ ਜਿਹੜਾ ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਤੁਹਾਨੂੰ ਜਿਹੜਾ ਸੁਰੱਖਿਅਤ ਕਰਾਂਗੇ। ਜੀ, ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ 144 ਜ਼ਿਆਦਾ ਲਾਗੂ ਹੈਗੀ ਹੈ, ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਤੱਕ ਦਾ? ਸ਼ਹਿਰ ਦੇ ਵਿੱਚ ਜਿਹੜਾ ਮਾਹੌਲ ਬਹੁਤ ਹੀ ਸ਼ਾਂਤੀਪੂਰਨ ਹੈ, ਈਵਨ ਕਿ ਪੂਰੇ ਆਪਾਂ ਡਿਸਟ੍ਰਿਕਟ ਦੀ ਗੱਲ ਕਰੀਏ, ਪੂਰੇ ਪੰਜਾਬ ਦੀ ਗੱਲ ਕਰੀਏ, ਤਾਂ ਪੂਰੇ ਹੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਸ਼ਾਂਤ ਹੈ, ਔਰ ਮੈਂ ਪਬਲਿਕ ਨੂੰ ਇੱਥੇ ਵੀ ਅਪੀਲ ਕਰਦਾ ਕਿ ਉਹ ਸ਼ਾਂਤੀ ਬਣਾਈ ਰੱਖਣ, ਕਿਸੇ ਵੀ ਅਫਵਾਹਾਂ ਵਿੱਚ ਨਾ ਆਉਣ, ਜਿਹੜਾ ਮਾਹੌਲ ਜਿਹੜਾ ਬਹੁਤ ਵਧੀਆ ਹੈ, ਇੱਦਾਂ ਹੀ ਅਸੀਂ ਅੱਗੇ ਵੀ ਆਉਣ ਵਾਲੇ ਟਾਈਮ ਮਾਹੌਲ ਸਿਰਜਾਂਗੇ। ਸਰ, ਪਬਲਿਕ ਵੱਲੋਂ ਹੁਣ ਤੱਕ ਕਿਸ ਤਰ੍ਹਾਂ ਸਾਥ ਰਿਹਾ? ਪਬਲਿਕ ਦਾ ਜਿੱਥੋਂ ਤੱਕ ਮੇਰੀ SHO ਦੀ ਤੈਨਾਤੀ ਦੀ ਗੱਲ ਹੈ, ਤਾਂ ਪਬਲਿਕ ਔਰ ਜਿਹੜਾ ਮੀਡੀਆ ਭਾਈਚਾਰੇ ਦਾ ਬੜਾ ਹੀ ਜਿਹੜਾ ਪੋਜ਼ੀਟਿਵ ਰਿਸਪੋਂਸ ਮਿਲਿਆ ਹੈ, ਉਸੇ ਪੋਜ਼ੀਟਿਵ ਰਿਸਪੋਂਸ ਦੇ ਹੀ ਜਿਹੜੇ ਅਸੀਂ ਸਪੋਰਟ ਦੇ ਨਾਲ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਇਹ ਵੀ ਜਿਹੜਾ ਚੋਰਾਂ ਔਰ ਸਨੈਚਿੰਗ ਅਤੇ ਜਿਹੜੀ ਨੱਤ ਪਾਉਣ 'ਚ ਕਾਮਯਾਬ ਹੋਏ ਹਾਂ, ਅਤੇ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਨੂੰ ਇਸੇ ਤਰ੍ਹਾਂ ਦਾ ਸਹਿਯੋਗ ਮਿਲੇਗਾ ਔਰ ਮੈਂ ਜਿਹੜਾ ਸ਼ਹਿਰ ਨੂੰ ਬਿਲਕੁਲ ਜਿਹੜਾ ਕ੍ਰਾਈਮ ਫ੍ਰੀ ਕਰ ਦਿਆਂਗਾ।